ਅਸਲਾਮ ਵਾਲੇਕੁਮ ਸੰਗਤ, ਕਿਆ ਹਾਲ ਹੈ? ਠੀਕ ਉਖਰੀਆ? ਅਤੇ ਈ ਵੀਡੀਓ ਸਾਊਦੀ ਅਰਬ ਦੀਆਂ ਕੁਝ ਖਬਰਾਂ ਤੁਹਾਨੂੰ ਸ਼ੇਅਰ ਕਰਨ ਆਵਾਂ। ਪਹਿਲੀ ਖਬਰ, ਸਾਊਦੀ ਵਜ਼ੀਰ ਟਰਾਂਸਪੋਰਟ ਕੋਲ ਹੋਏ। ਸਾਊਦੀ ਵਜ਼ੀਰ ਟਰਾਂਸਪੋਰਟ ਇੰਜੀਨੀਅਰ ਸਾਲੇ ਅਲ ਜਾਸਰ ਦਸਾਏ ਈ ਸਾਲ ਹਜ ਸੀਜ਼ਨ ਕਿਤੇ ਜਦੀਦ ਟੈਕਨੋਲੋਜੀ ਇਸਤੇਮਾਲ ਕਰੇ ਸੂ ਤਾਂ ਕਿ ਆਜ਼ਮੀਨ ਹਜ ਕੋ ਫਰਾਮ ਕਰਨ ਵਾਲੀ ਖਿਦਮਤ ਦਾ ਮਿਆਰ ਮਜ਼ੀਦ ਬੁਲੰਦ ਥੀ ਵੇ। ਈ ਸਾਲ ਹਜ 2024 ਕਿਤੇ ਜਦੀਦ ਟੈਕਨੋਲੋਜੀ ਡਰੋਨ ਅਤੇ ਫਿਜ਼ਾਈ ਟੈਕਸੀਆਂ ਇਸਤੇਮਾਲ ਕਰੇ ਸੂੰ ਖਿਦਮਾਤ ਫਰਾਮ ਕਰਨ ਕੀਤੇ। ਪਿਛਲੇ ਸਾਲ ਅੱਜ ਸੀਜ਼ਨ ਕੀਤੇ 78,000 ਅਤੇ ਅਹਿਲਕਾਰ ਮੁਸ਼ਤੈਲ ਗ੍ਰੈਂਡ ਫੋਰਸ ਅੱਜ ਆਪਰੇਸ਼ਨ ਅਤੇ ਖਿਦਮਾਤ ਫਰਾਮ ਕੀਤੀ ਗਈ। ਈ ਸਾਲ ਵੀ ਇਵੇਂ ਕਰੇ ਸੂੰ ਅਤੇ ਜਦੀਦ ਟੈਕਨੋਲੋਜੀ ਫਿਜ਼ਾਈ ਟੈਕਸੀਆਂ ਅਤੇ ਡਰੋਨ ਇਸਤੇਮਾਲ ਕਰੇ ਸੂੰ। ਵੀ ਖਬਰ, ਸਾਊਦੀ ਵਜ਼ਾਰਤ ਤਿਜਾਰਤ ਦੇ ਅਹਿਲਕਾਰਾਂ ਅਸੀਰ ਰੇਜਾ ਨੇ ਇੱਕ ਗੋਦਾਮ ਦੇ ਉੱਤੇ ਛਾਪਾ ਮਾਰੀਏ ਜਿੱਥਾਂ 10 ਟਨ ਫਿਜ਼ਾਈ ਅਸ਼ੀਆ ਜ਼ਬਤ ਕਰਤੇ ਜ਼ਾਇ ਕਰ ਦਿੱਤੀ ਨੇ। ਈ ਗੋਦਾਮ ਦਾ ਨਾ ਹੀ ਲਾਇਸੈਂਸ ਆ, ਨਾ ਹੀ ਖਾਣ ਪੀਣ ਵਾਲਾ ਸਮਾਨ ਚੰਗੇ ਤਰੀਕੇ ਨਾਲ ਮਹਿਫੂਜ਼ ਕੀਤੀ ਪਾਣ, ਅਤੇ ਨਾ ਉੱਥਾਂ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਹਨ ਉਹਨਾਂ ਦੇ ਹੈਲਥ ਸਰਟੀਫਿਕੇਟ ਹਨ। ਵੀ ਖਬਰ, ਸਾਊਦੀ ਮਹਿਕਮੇ ਮੌਸਮੀਆਤ ਦੱਸਿਆ ਕੱਲ੍ਹ ਖਮੀਸ ਵਾਲੇ ਝਾੜੇ ਸਭ ਤੋਂ ਜ਼ਿਆਦਾ ਦਰਜਾ ਹਰਾਰਾ ਮੱਕਾ ਮੁਕਰਮਾ ਇਤਹਾ, ਸਭ ਤੋਂ ਜ਼ਿਆਦਾ ਗਰਮੀ ਕੱਲ੍ਹ ਖਮੀਸ ਵਾਲੇ ਝਾੜੇ ਮੱਕਾ ਮੁਕਰਮਾ ਇਤ ਰਿਕਾਰਡ ਕੀਤੀ ਗਈ ਹੈ 42 ਸੈਂਟੀਗ੍ਰੇਡ, ਅਤੇ ਸਭ ਕੋਲੋਂ ਘੱਟ ਦਰਜਾ ਹਰਾਰਾ 11 ਸੈਂਟੀਗ੍ਰੇਡ ਅਲ ਸੂਦਾ ਇਤਹਾ। ਵੀ ਖਬਰ, ਸਾਊਦੀ ਅਰਬ ਹਜ ਕਾਫਲੇ ਆਉਣ ਸ਼ੁਰੂ ਥੀ ਚੁੱਕੇ ਵਿਨ ਦੁਨੀਆ ਦੇ ਮੁਖਤਲਿਫ ਮੁਲਕਾਂ ਤੋਂ, ਪਾਕਿਸਤਾਨ, ਈਰਾਨ, ਅਫਗਾਨਿਸਤਾਨ, ਇੰਡੋਨੇਸ਼ੀਆ, ਅਤੇ ਕੱਲ੍ਹ ਇੰਡੀਆ ਦਾ ਹੀ ਹਜ ਕਾਫਲਾ ਸਾਊਦੀ ਅਰਬ ਪੁੱਜ ਗਏ। ਇੰਡੀਅਨ ਹਜ ਕਾਫਲੇ ਦੇ ਵਿੱਚ ਕੁਝ ਇੰਜਾਂ ਖਵਾਤੀਨ ਵੀ ਹਨ ਜਿਹਦੇ ਸਰਬਰਾਹ ਨਾਲ ਕਹਿਣ ਹਨ ਬਗੈਰ ਮੁਹਰਮ ਦੇ ਈ ਸਾਲ ਇਹ ਹਜ ਕਰੇ ਸਨ। ਟੋਟਲ ਈ ਸਾਲ ਬਗੈਰ ਮੁਹਰਮ ਦੇ 4,000 ਖਵਾਤੀਨ ਹਜ ਕਰਨ ਆਏ। ਪਹਿਲੇ ਇਜਾਜ਼ਤ ਕਹਿਣੀ ਹੁੰਦੀ ਬਗੈਰ ਮੁਹਰਮ ਦੇ ਬਗੈਰ ਸਰਬਰਾਹ ਦੇ ਖਵਾਤੀਨ ਹਜ ਨਾ ਕਰ ਸਕਦੀਆਂ, ਲੇਕਿਨ ਹੁਣ ਇਜਾਜ਼ਤ ਦੇ ਦਿੱਤੀ ਨੇ। ਵੀ ਖਬਰ, ਸਾਊਦੀ ਵਜ਼ਾਰਤ ਦਾਖਲਾ ਨੇ ਵੇ ਸਾਊਦੀ ਵਜ਼ਾਰਤ ਦਾਖਲਾ ਦੱਸਾਏ ਅਸੀਰ ਰੇਜਾ ਨੇ ਇੱਕ ਇੰਡੀਅਨ ਸ਼ਹਿਰੀ ਕੋ ਅਦਾਲਤ ਦੇ ਹੁਕਮ ਦੇ ਉੱਤੇ ਸਜ਼ਾ ਮੌਤ ਦਿੱਤੀ ਸੀ। ਇਹ ਇੰਡੀਅਨ ਸ਼ਹਿਰੀ ਆਪਣੇ ਕੰਮ ਵਤਨ ਕੋ ਕਈ ਗਾਲ ਦੇ ਉੱਤੇ ਜ਼ਖਮੀ ਕਰਤੇ ਖੂਹ ਵਿੱਚ ਸੱਟ ਦਿੱਤਾ। ਪਹਿਲੇ ਇੱਕ ਨਸ਼ੇ ਵਾਲੀਆਂ ਗੋਲੀਆਂ ਪਿਲਾਈਆਂ ਸੀ, ਵਲਾ ਜ਼ਖਮੀ ਕਿਤੇ ਸੀ, ਉਹਦੇ ਬਾਅਦ ਇੱਕ ਖੂਹ ਵਿੱਚ ਸੱਟ ਦਿੱਤਾ ਸੀ, ਖੂਹ ਦੇ ਅੰਦਰ ਉਹਦੀ ਮੌਤ ਥੀ ਗਈ ਅਤੇ ਇਹ ਇੰਡੀਅਨ ਸ਼ਹਿਰੀ ਮੌਕੇ ਤੋਂ ਫਰਾਰ ਥੀ ਗਿਆ, ਉਹ ਇਲਾਕਾ ਛੋੜ ਦਿੱਤਾ ਸੀ। ਲੇਕਿਨ ਸਿਕਿਉਰਟੀ ਅਹਿਲਕਾਰਾਂ ਇੱਕ ਪਕੜ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥਾਂ ਇਹਦੇ ਉੱਤੇ ਜੁਰਮ ਸਾਬਤ ਥੀ ਗਿਆ। ਅਦਾਲਤ ਇੱਕ ਸਜ਼ਾ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਕੱਲ੍ਹ ਅਸੀਰ ਰੇਜਾ ਨੇ ਇੱਕ ਸਜ਼ਾ ਮੌਤ ਦੇ ਦਿੱਤੀ ਸੀ। ਵੀ ਖਬਰ, ਰਿਆਲ ਰੇਟ ਦੇ ਬਾਰੇ ਵੇ ਕੱਲ੍ਹ ਖਮੀਸ ਵਾਲੇ ਜਹਾੜੇ 9 ਮਈ ਕੋ ਸਾਊਦੀ ਅਰਬ ਦਾ ਜਿਹੜਾ ਰਿਆਲ ਰੇਟ ਪਾਕਿਸਤਾਨ ਕਿਤੇ ਚੱਲਦਾ ਪਿਆ ਆ ਫੌਰੀ ਬੈਂਕ ਅਲ ਜਜ਼ੀਰਾ ਦੇ ਉੱਤੇ ਇਹ 73 ਰੁਪਏ 56 ਪੈਸੇ ਆ, STC ਪੇ ਦੇ ਉੱਤੇ 73 ਰੁਪਏ 29 ਪੈਸੇ ਆ, ਤਾਵਲ ਅਲ ਰਾਜੀ ਦੇ ਉੱਤੇ 73 ਰੁਪਏ 25 ਪੈਸੇ ਆ, ਅਤੇ ਕੱਲ੍ਹ ਜਿਹੜਾ ਐਕਸਚੇਂਜ ਰਿਆਲ ਰੇਟ ਚੱਲਦਾ ਰਹਿ ਗਏ ਇਹ 74 ਰੁਪਏ 29 ਪੈਸੇ ਆ ਪਾਕਿਸਤਾਨ ਕਿਤੇ। ਠੀਕ ਹੈ ਸੰਗਤ, ਇਹ ਸਾਊਦੀ ਅਰਬ ਦੀਆਂ ਥੋੜ੍ਹੀਆਂ ਬਹੁ ਖਬਰਾਂ ਜਿਹੜੀਆਂ ਤੁਹਾਨੂੰ ਸ਼ੇਅਰ ਕੀਤੀ ਮੀ। ਇਹ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਵੀ ਕਰਾਏ ਅਤੇ ਬਿਨੇ ਬਿਰਾਂ ਨਾਲ ਸ਼ੇਅਰ ਵੀ ਕਰਾਏ। ਅੱਲਾ ਹਾਫਿਜ਼।